ਹਾਂਜੀ ਦੋਸਤੋ, ਕੀ ਹਾਲ? ਉਮੀਦ ਕਰਦਾ ਸਭ ਵਧੀਆ ਹੋਵੋਗੇ। ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹਾਂ ਜੀ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੀ, ਜੇ ਚੈਨਲ 'ਤੇ ਨਏ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਵੀਡੀਓ ਨੂੰ ਕਰ ਦਿਓ ਲਾਈਕ ਅਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈੱਸ, ਜੋ ਹਰੇਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ। ਆਪਾਂ ਕਰ ਲੱਗੇ ਸੈਲਟੋਸ GT9 ਗੱਡੀ ਤਿਆਰ ਜੀ। ਉਸ ਤੋਂ ਬਾਅਦ ਜੀ ਆਪਾਂ ਸਭ ਤੋਂ ਪਹਿਲਾਂ ਲਗਾਏ ਨੇ 70 mat ਹੋ ਗਏ, ਸਾਰੇ ਕੈਬਿਨ 'ਚ ਲੱਗ ਗਏ 70 mat। ਉਸ ਤੋਂ ਬਾਅਦ ਜੀ ਆਪਾਂ ਲਗਾਏ ਨੇ ਨੈੱਕ ਰੈਸਟ। ਤੋਂ ਬਾਅਦ ਜੀ ਆਪਾਂ ਰਾਧਾ ਕ੍ਰਿਸ਼ਨ ਜੀ ਦੀ ਡਿਵਨਿਟੀ ਲਗਾਈ ਹੈ ਜੀ, ਦੇਖੋ। ਉਸ ਤੋਂ ਬਾਅਦ ਜੀ ਆਪਾਂ ਆ ਗਈ ਵਾਰੀ ਜੀ ORBM ਕਰੋਮ ਜੀ। ਉਸ ਤੋਂ ਬਾਅਦ ਆ ਗਈ ਸੀ ਆਪਣੀ ਵਾਰੀ ਡੋਰੇਜ ਗਾਰਡ ਜੀ, ਇਹ ਵੀ ਲੱਗ ਗਏ ਸੀਗੇ ਚਾਰੇ ਡੋਰ 'ਤੇ ਐਜ ਗਾਰਡ। ਉਸ ਤੋਂ ਬਾਅਦ ਜੀ ਆਪਣਾ ਆ ਜਾਂਦਾ ਹੈ ਟਰੰਕ ਸਿਲ ਗਾਰਡ, ਇਹ ਬੰਪਰ ਨੂੰ ਪ੍ਰੋਟੈਕਟ ਕਰਨ ਲਈ ਹੁੰਦਾ ਵਾ। ਹਾਂਜੀ, ਜਿਵੇਂ ਕੋਈ ਆਪਾਂ ਸਮਾਨ ਸਮੂਨ ਰੱਖਦੇ ਹਾਂ, ਮਤਲਬ ਉਹਦੇ 'ਤੇ ਵੈਸੇ ਸ਼ੋਅ ਲਈ ਵੀ ਹੈ, ਮਤਲਬ ਸੇਫਟੀ ਲਈ ਵੀ ਹੈ। ਉਸ ਤੋਂ ਬਾਅਦ ਜੀ ਆਪਣਾ ਆ ਜਾਂਦਾ ਬਰੀਜ਼ ਪਰਫਿਊਮ, ਪਰਫਿਊਮ ਰੱਖਿਆ ਜੀ। ਉਸ ਤੋਂ ਬਾਅਦ ਜੀ ਆਪਾਂ ਪਾ ਤਾ ਜੀ ਕੀ ਕਵਰ ਤੋਂ ਬਾਅਦ ਜੀ ਆਪਣੀ ਆ ਜਾਂਦੀ ਹੈ ਸਾਈਡ ਮੋਲਡਿੰਗ, ਜਿਹਨੂੰ ਆਪਾਂ ਕਹਿ ਦਿੰਦੇ ਸਾਈਡ ਬਿਡਿੰਗ, ਉਹ ਵੀ ਲੱਗ ਗਈ ਚਾਰੇ ਡੋਰਾਂ 'ਤੇ। ਉਸ ਤੋਂ ਬਾਅਦ ਜੀ ਆਪਣਾ ਆ ਜਾਂਦਾ ਜੀ 3D ਬੂਟ ਮੈਟ ਵੀ ਲੱਗ ਗਿਆ ਜੀ। ਉਸ ਤੋਂ ਬਾਅਦ ਆਪਾਂ ਰੱਖਿਆ ਜੀ ਟਾਇਰ ਨੂੰ ਫਲੇਟਰ ਦੇ ਨਾਲ ਭਰ ਦਿੰਦੇ ਹਾਂ, ਜੇ ਲੋਡ ਮੁਸੀਬਤ ਪਏ ਤਾਂ ਹਵਾ ਭਰੀ ਜਾਂਦੀ ਹੈ ਜੀ। ਉਸ ਤੋਂ ਬਾਅਦ ਜੀ ਆਪਾਂ ਰੱਖੀ ਡਿਲੀਵਰੀ ਕਿੱਟ, ਕਸਟਮਰ ਨੂੰ ਡਿਲੀਵਰੀ ਟਾਈਮ ਗਿਫਟ ਦਿੰਦੇ ਹਾਂ। ਉਸ ਤੋਂ ਬਾਅਦ ਜੀ ਆਪਾਂ ਪਹੁੰਚ ਗਏ ਜੀ ਅੰਦਰ, ਲਗਾਉਣਾ ਜੀ ਆਪਾਂ ਇਹਦੇ 'ਤੇ ਸਕਰੀਨ ਗਾਰਡ, ਇਹਨੂੰ ਚੰਗੀ ਤਰ੍ਹਾਂ ਕੀਤਾ ਕਲੀਨ ਜੀ, ਇਹ ਲੱਗ ਗਿਆ ਜੀ ਆਪਣਾ ਸਕਰੀਨ ਗਾਰਡ। ਹੁਣ ਆਪਾਂ ਇਹਦੇ ਕੱਢਦੇ ਜਿੰਨੇ ਵੀ ਬਬਲ ਸਾਰੇ ਕੱਢਦੇ ਨੇ ਜੀ। ਉਸ ਤੋਂ ਬਾਅਦ ਜੀ ਆਪਣੀ ਇਹਦੇ ਉੱਤੋਂ ਲਾਇਆ ਆਪਾਂ ਪੇਪਰ, ਲਓ ਜੀ ਆਪਣਾ ਗੱਡੀ ਹੁਣ ਲੱਗ ਕੇ ਸਕਰੀਨ ਗਾਰਡ ਵੀ ਲੱਗ ਗਿਆ ਜੀ ਆਪਣਾ, ਤਾਂ ਗੱਡੀ ਆਪਣੀ ਹੋ ਗਈ ਹੈ ਜੀ ਰੈਡੀ। ਅਤੇ ਵੀਡੀਓ ਨੂੰ ਕਰ ਦਿਓ ਲਾਈਕ ਕਰ ਦਿਓ। ਆਪਾਂ ਲਗਾਇਆ KLG ਕੀਆ ਦਾ ਫਰੇਮ, ਕੁਝ ਘੁਮਾਇਆ ਗੱਡੀ ਦੇ ਆਸੇ ਪਾਸੇ ਆਪਾਂ ਕੈਮਰਾ ਜੀ। ਵੀਡੀਓ ਵਧੀਆ ਲੱਗੇ ਇੱਕ ਵਾਰ ਫਿਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰ ਦਿਓ ਲਾਈਕ ਜੀ। ਧੰਨਵਾਦ।